ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਪਣੇ ਚੈਨਲ ਤੇ ਕਣਕ ਦੀ ਇੱਕ ਵੈਰੈਟੀ ਦਾ ਨਵੀਂ ਵੈਰੈਟੀ ਦਾ ਰਿਵਿਊ ਕਰਾਂਗੇ ਕਿ ਉਹਦੇ ਸੀਡ ਰੇਟ ਤੇ ਕਿੰਨਾ ਝਾੜ ਆਇਆਗਾ ਆਪਾਂ ਆਪਣੇ ਚੈਨਲ ਤੇ ਅੱਜ ਪੀਵੀਡਬਲਯੂ 826 ਦਾ ਰਿਵਿਊ ਕਰਾਂਗੇ ਜੀ ਇਹਦੇ ਆਪਣੇ ਕੋਲੇ ਜਿਹੜੇ ਯੂਨੀਵਰਸਿਟੀ ਦਾ ਡਾਟਾ ਹੈਗਾਗਾ ਜਿਹੜਾ ਯੂਨੀਵਰਸਿਟੀ ਕਹਿੰਦੀ ਹੈਗੀ ਇਹ 132 ਦਿਨ ਪੱਕਣ ਨੂੰ ਲੈਂਦੀ ਹੈਗੀ ਤੇ 100 ਸੈਂਟੀਮੀਟਰ ਇਹਦਾ ਕਰਦਾਗਾ ਯੂਨੀਵਰਸਿਟੀ ਵੱਲੋਂ 24 ਕੁਆਂਟਲ ਪਰ ਏਕੜ ਯਾਨੀ ਕਿ 60 ਮਣ ਦਾ ਇਹਦਾ ਝਾੜ ਦੱਸਿਆ ਗਿਆਗਾ ਤਾਂ ਆਪਣੇ ਕੋਲੇ ਇਹ ਵੈਰੈਟੀ 2-3 ਸੀਡ ਰੇਟਾਂ ਤੇ ਲੱਗੀ ਹੋਈ ਸੀਗੀ ਕਿਉਂਕਿ ਇਸ ਵਾਰੀ ਯੂਨੀਵਰਸਿਟੀ ਬਲੋ ਦਾ ਬੜਾ ਹੀ ਥੋੜਾ ਵੀ ਦਿੱਤਾ ਗਿਆ ਸੀਗਾ ਤਾਂ ਕਰਕੇ ਆਪਾਂ ਇਹਦਾ ਦੋ ਤਿੰਨ ਥਾਵਾਂ ਤੇ ਰਿਵਿਊ ਲਿਆਗਾ ਤਾਂ ਕੀ ਸੀਡ ਰੇਟ ਤੇ ਕੀ ਝਾੜ ਰਿਹਾ ਹੈਗਾ ਉਹਦੇ ਬਾਰੇ ਥੋੜੀ ਜੀ ਤੁਹਾਨੂੰ ਜਾਣਕਾਰੀ ਦੰਨੇ ਆਗੇ ਇਹ 826 ਦਾ ਆਪਣੇ ਕੋਲੇ ਤਿੰਨ ਤਰ੍ਹਾਂ ਦੇ ਪਲਾਟ ਸੀਗੇ ਜਿਦੇ ਵਿੱਚ 11 ਕਿਲੋ ਪਰ ਇਕੜ ਦਾ ਸੀਡ ਪਾਇਆ ਸੀ 12 ਕਿਲੋ ਪਰ ਇਕੜ ਦਾ ਸੀਡ ਪਾਇਆ ਸੀ ਤੇ 25 ਕਿਲੋ ਪਰ ਇਕੜ ਦਾ ਸੀਡ ਵਰਤਿਆ ਗਿਆ ਸੀਗਾ ਜੇਬਾ ਫਰਟੀਲਾਈਜ਼ਰ ਦੀ ਗੱਲ ਕਰੀਏ ਤਾਂ ਫਰਟੀਲਾਈਜ਼ਰ ਇਹਦੇ ਵਿੱਚ ਆਪਾਂ ਯੂਨੀਵਰਸਿਟੀ ਦੇ ਰਿਕਮੈਂਡੇਸ਼ਨ ਦੇ ਸਹਾਰੇ ਨਾਲ ਲਗਭਗ ਵਰਤੇ ਆ ਤਿੰਨੇ ਪਲੋਟਾਂ ਦੇ ਵਿੱਚ ਜਿਹਦੇ ਵਿੱਚ ਨਾਈਟ੍ਰੋਜਨ ਜਿਹੜੀ ਹੈਗੀ ਯੂਰੀਆ ਆਪਾਂ 110 ਕਿਲੋ ਡੀਏਪੀ 55 ਕਿਲੋ ਜਿਹੜੀ ਥੱਲੇ ਸੇਲੀ ਜਾਂਦੀ ਹੈਗੀ ਤੇ ਪੋਟਾਸ਼ ਦੀ ਆਪਣੇ ਬਾਣਾਂ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਤਾਂ ਪੋਟਾਸ਼ ਆਪਾਂ ਨਹੀਂ ਯੂਜ਼ ਕੀਤਾ ਤਾਂ ਹਰਬੀਸਾਈਡ ਦੇ ਵਿੱਚ ਇਹਦੇ ਵਿੱਚ ਆਪਾਂ ਜ਼ਿਆਦਾ ਕੋਈ ਆਪਣੇ ਕੋਲੇ ਹਰਬੀਸਾਈਡ ਦੀ ਲੋੜ ਨਹੀਂ ਪਈ ਪਰ ਆਪਾਂ ਕਲੋਡੀਨੋਫੋਪ ਇੱਕ ਪੈਕੇਟ ਪਰ ਏਕੜ ਦਾ ਯੂਜ਼ ਕੀਤਾ ਸੀ ਜਿਹੜਾ ਕਿ 160 ਗ੍ਰਾਮ ਦਾ ਹੁੰਦਾ ਤੇ ਇੱਕ ਇਹਦੇ ਵਿੱਚ ਫੰਗੀ ਸਾਈਡ ਦੀ ਸਪਰੇ ਆਪਾਂ ਵਰਤੀ ਜਾਈ ਕਿਉਂਕਿ ਜਿਆਦਾ ਕੋਈ ਫੰਗਸ ਦੇ ਰੋਗ ਨਹੀਂ ਸੀ ਪਰ ਆਪਾਂ ਸੀਡ ਤਿਆਰ ਕਰਨਾ ਸੀ ਤਾਂ ਕਰਕੇ ਵੀ ਸੀਡ ਸਾਫ਼ ਰਹੇ ਕੋਈ ਫੰਗਸ ਦਾ ਨਾ ਆਵੇ ਨਾਲ ਤਾਂ ਕਰਕੇ ਆਪਾਂ ਫੰਗੀ ਸਾਈਡ ਯੂਜ਼ ਕੀਤਾ ਸੀਗਾ ਤਾਂ ਇਹਦੇ ਵਿੱਚੋਂ ਹੁਣ ਆਪਾਂ ਨੂੰ ਕੀ ਐਵਰੇਜ ਝਾੜ ਆਇਆਗਾ ਤਾਂ ਉਹਦੇ ਬਾਰੇ ਗੱਲ ਕਰੀਏ ਤਾਂ ਜਿਹੜਾ 11 ਕਿਲੋ ਵਾਲਾ ਪਲਾਟ ਸੀ ਪਰ ਇਕੜ ਦਾ ਉਹਦੇ ਵਿੱਚ 45 ਮਣ ਪਰ 1 ਏਕੜ ਦਾ ਝਾੜ ਆਇਆ ਜਾਨੀ ਕਿ 18 ਕੁਇੰਟਲ ਦਾ ਜਿਹੜਾ ਕਿ ਚੰਗਿਆਂ ਦੇ ਵਿੱਚ ਹੀ ਆਪਾਂ ਵੇਚ ਸਕਦੇ ਹਾਂ ਕਿਉਂਕਿ ਸੀਡ ਰੇਟ ਬੜਾ ਹੀ ਥੋੜਾ ਪਾਇਆ ਗਿਆ ਸੀ ਜਿਹੜਾ ਦੂਜਾ ਪਲਾਟ ਸੀਗਾ ਆਪਣਾ 12 ਕਿਲੋ ਪਰ ਏਕੜ ਦੇ ਸੀਡ ਰੇਟ ਦਾ ਉਹਦੇ ਵਿੱਚ 48 ਮਾਣ ਪਰ 1 ਝਾੜ ਆਇਆਗਾ ਜਾਨੀ ਕਿ 19 ਕੁਇੰਟਲ 20 ਕਿਲੋ ਤਾਂ ਤੀਜਾ ਜਿਹੜਾ ਸੀਡ ਰੇਟ ਹੈਗਾ 25 ਕਿਲੋ ਪਰ ਏਕੜ ਦਾ ਇਹਦੇ ਵਿੱਚ 56 ਮਾਣ ਪਰ ਏਕੜ ਦਾ ਝਾੜ ਆਇਆਗਾ ਜਾਨੀ ਕਿ 22 ਕੁਇੰਟਲ ਤੇ 40 ਕਿਲੋ ਦਾ ਤਾਂ ਦੇਖੀਏ ਤਾਂ ਆਪਾਂ 25 ਕਿਲੋ ਦਾ ਜਿਹੜਾ ਸੀਡ ਰੇਟ ਕੁਝ ਰეკਮੈਂਡਡ ਸੀਡ ਰੇਟ ਦੇ ਨੇੜੇ ਪੈਂਦਾ ਹੈਗਾ ਤਾਂ ਇਹਦੇ ਵਿੱਚ 56 ਮਣ ਦਾ ਝਾੜ ਚੰਗਿਆਂ ਦੇ ਵਿੱਚ ਆਪਾਂ ਲੈ ਸਕਦੇ ਆਂਗੇ ਕਿਉਂਕਿ ਇਹ ਵੈਰੈਟੀ ਦੀ ਜਿਹੜੀ ਆਪਾਂ ਦੇਖੀ ਹੈ ਕਿ ਤੁਹਾਨੂੰ ਜਿਵੇਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਟਿਲਰਿੰਗ ਬਹੁਤ ਵਧੀਆ ਹੈਗੀ ਆਪਾਂ ਐਵਰੇਜ ਦੀ ਟਿਲਰਿੰਗ ਜਿਹੜੀ ਹੈਗੀ ਆਪਾਂ ਦੇਖੀ 30 ਤੋਂ ਲੈ ਕੇ 35 ਤੱਕ ਇਹਦੇ ਟਿਲਰਸ ਆਪਾਂ ਨੂੰ ਖੇਤ ਦੇ ਵਿੱਚ ਪਾਏ ਗਏ ਹੈਗੇ ਜੇ ਆਪਾਂ ਇਹਨੂੰ ਪੂਰੇ ਸੀਡ ਰੇਟ ਦੇ ਉੱਤੇ ਬੀਜਾਂਗੇ ਯਾਨੀ ਕਿ 40 ਕਿਲੋ ਪਰ ਏਕੜ ਦੇ ਹਿਸਾਬ ਨਾਲ ਤਾਂ ਇਹ ਫੀਲਡ ਦੇ ਵਿੱਚ ਚੰਗਾ ਪਰਫਾਰਮ ਕਰ ਸਕਦੀ ਆ ਇਹ ਵੈਰੈਟੀ ਦਾ ਬੂਤਾ ਬੜਾ ਹੀ ਵਧੀਆ ਬਣਦਾ ਹੈਗਾ ਤਾਂ ਇਹ ਸੀਡ ਆ ਜਿਹੜਾ ਹੈ ਕਿ ਕਿਸਾਨਾਂ ਨੇ ਆਪਦੇ ਕੋਲੇ ਰੱਖਿਆ ਵੀ ਹੈ ਕਿਉਂਕਿ ਸੀਡ ਪਹਿਲਾਂ ਥੋੜਾ ਮਿਲਿਆ ਸੀਗਾ ਅਗਲੇ ਸਾਲ ਆਪਾਂ ਨੂੰ ਕੁਝ ਯੂਨੀਵਰਸਿਟੀ ਤੋਂ ਵੀ ਸੀਡ ਮਿਲੂਗਾ ਤੇ ਕੁਝ ਆਪਣੇ ਕੋਲੇ ਫਾਰਮਰਸ ਕੋਲੇ ਵੀ ਹੈਗਾਗਾ ਤਾਂ ਆਪਾਂ ਕੰਟੈਕਟ ਕਰਕੇ ਇਹ ਸੀਡ ਜਰੂਰ ਆਪਾਂ ਲੈਣਾ ਚਾਹੀਦਾਗਾ ਤੇ ਅਗਲੇ ਸਾਲ ਇਹਦੀ ਵਰਤੋਂ ਕਰਨੀ ਚਾਹੀਦੀ ਹੈਗੀ ਜੇ ਕਿਸੇ ਵੀ ਕਿਸਾਨ ਵੀਰ ਨੇ ਇਸ ਵਾਰ 826 ਦੀ ਪ੍ਰੋਡਕਸ਼ਨ ਕੀਤੀ ਹੈ ਤੇ ਉਹਨਾਂ ਕੋਲ ਸੀਡ ਅਵੇਲੇਬਲ ਹੈਗਾ ਤਾਂ ਵੀਡੀਓ ਦੇਥੇ ਲਿ ਕਮੈਂਟ ਕਰ ਸਕਦਾ ਹੈਗਾ ਤੇ ਆਪਣਾ ਨੰਬਰ ਦੇ ਸਕਦਾ ਹੈਗਾ ਤਾਂ ਕਿ ਕਿਸਾਨ ਵੀਰ ਕੰਟੈਕਟ ਕਰਕੇ ਸੀਡ ਲੈ ਸਕਣ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਸਾਰਿਆਂ ਦਾ